ਸ਼ਹੀਦ ਸਤਵੰਤ ਸਿੰਘ ਜੀ ਦੇ ਘਰ ਜਿਹੜੇ ਕਿ ਕਾਰਗਲ ਦੀ ਜੰਗ ਦੇ ਵਿੱਚ 4 ਜੁਲਾਈ 1999 ਵਿੱਚ ਸ਼ਹੀਦ ਹੋਏ ਸਨ। ਅੱਜ ਉਹਨਾਂ ਦੇ ਅਸੀਂ ਗ੍ਰਹਿ 'ਤੇ ਪਹੁੰਚੇ ਹਾਂ। ਮਾਤਾ ਜੀ ਨਾਲ ਗੱਲਬਾਤ ਕਰਨ ਲੱਗੇ ਹਾਂ ਕਿ ਕਦੋਂ ਉਹ ਸ਼ਹੀਦ ਹੋਏ ਸਨ ਅਤੇ ਕਿੰਨੀ ਉਮਰ ਸੀ ਉਹਨਾਂ ਦੀ, ਆਹ ਉਹਨਾਂ ਨਾਲ ਗੱਲ ਕਰਦੇ ਹਾਂ। ਕੀ ਨਾਮ ਆ? ਸੁਖਦੇਵ ਕੌਰ। ਅਤੇ ਇਹ ਕਦੋਂ ਜਿਹੜੇ ਸਰਦਾਰ ਜਿਹੜੇ ਸਤਵੰਤ ਸਿੰਘ ਜੀ ਸ਼ਹੀਦ ਹੋਏ ਆ, ਉਹਨਾਂ ਦੇ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ ਥੋੜ੍ਹਾ ਜਿਹਾ? ਹਾਂਜੀ ਹਾਂਜੀ, ਸ਼ਹੀਦ ਸਤਵੰਤ ਸਿੰਘ ਜੀ 98 ਵਿੱਚ ਭਰਤੀ ਹੋਏ ਸੀ ਅਤੇ 99 ਵਿੱਚ ਸ਼ਹੀਦੀ ਪਾ ਚੁੱਕੇ ਹਨ। ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਜਿਹੜੇ ਸਾਲ ਸੀ ਉਹ ਕਿੱਥੇ ਉਹਨਾਂ ਨੇ ਬਤੀਤ ਕੀਤੇ ਸਰ? ਉਹਨਾਂ ਨੇ ਸੈਂਟਰ 'ਚ ਕੀਤੇ। ਨਹੀਂ, ਜਿਹੜਾ ਉਹਨਾਂ ਦਾ ਪਰਿਵਾਰ ਜਦੋਂ ਤੁਹਾਡੇ ਨਾਲ ਰਹਿੰਦੇ ਸੀ ਛੋਟੀ ਉਮਰ ਤੋਂ, ਕਿੱਥੇ ਉਹਨਾਂ ਨੇ ਜਿਹੜਾ ਸਮਾਂ ਜ਼ਿਆਦਾ ਬਤੀਤ ਕੀਤਾ ਵਾ, ਕਿਹੜੇ ਪਿੰਡ ਨਾਲ? ਸਲਾਹਪੁਰ ਬੇਟ ਵਿੱਚ। ਸਲਾਹਪੁਰ ਬੇਟ ਦੇ ਵਿੱਚ? ਹਾਂਜੀ। ਅਤੇ 18 ਸਾਲ ਦੀ ਉਮਰ 'ਚ? 18 ਸਾਲ ਦੀ ਉਮਰ ਵਿੱਚ ਭਰਤੀ ਹੋਏ ਅਤੇ 19 ਸਾਲ ਦੀ ਉਮਰ ਵਿੱਚ ਸ਼ਹੀਦੀਆਂ ਪਾ ਗਏ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜਦੋਂ ਸ਼ਹੀਦੀ ਦਾ ਜਦੋਂ ਸਮਾਚਾਰ ਤੁਹਾਨੂੰ ਮਿਲਿਆ ਵਾ? ਸਾਨੂੰ ਆਰਮੀ ਵਾਲਿਆਂ ਨੇ ਮਤਲਬ ਸਾਨੂੰ ਫੋਨ ਕੀਤਾ ਸੀ ਵੀ ਬੇਟੇ ਦੇ ਗੋਲੀ ਲੱਗ ਗਈ ਹੈ ਅਤੇ ਅਸੀਂ ਲੈ ਕੇ ਆ ਰਹੇ ਹਾਂ। ਉਹਨਾਂ ਨੇ ਅਸਲੀਅਤ ਨਹੀਂ ਸੀ ਦੱਸੀ ਪਹਿਲਾਂ, ਫਿਰ ਉਹਨਾਂ ਨੇ ਆਪਣੀ ਆਰਮੀ 'ਚ ਲਿਆਂਦੇ ਕੈਂਟ 'ਚ, ਫਿਰ ਉੱਥੋਂ ਉਹਨਾਂ ਨੇ ਪੁੱਛ ਪਾਛ ਆ ਕੇ ਸਾਰੇ ਪਿੰਡਾਂ 'ਚੋਂ, ਫਿਰ ਸਾਡੇ ਕੋਲ ਉਹਨਾਂ ਦੀ ਡੈੱਡ ਬੋਡੀ ਆਈ। ਅਤੇ ਕੋਈ ਸਰਕਾਰ ਵੱਲੋਂ ਸਹੂਲਤਾਂ ਕੋਈ ਤੁਹਾਨੂੰ ਮਿਲੀਆਂ ਹੋਣ? ਸਰਕਾਰ ਵੱਲੋਂ ਸਹੂਲਤਾਂ ਸਾਨੂੰ ਤਕਰੀਬਨ ਸਾਰੀਆਂ ਮਿਲ ਗਈਆਂ ਜੀ, ਪਰ ਬੱਚੇ ਦੀ ਯਾਦਗਿਰੀ ਕੋਈ ਨਹੀਂ ਬਣਾਈ ਉਹਨਾਂ ਨੇ। ਪਹਿਲੀ ਵੀ ਇਹਨਾਂ ਨੇ ਕਿਹਾ ਸੀਗਾ, ਅਕਾਲੀਆਂ ਨੇ ਵੀ ਕਿਹਾ ਸੀ ਵੀ ਇਹਦੀ ਯਾਦਗਿਰੀ ਦਾ ਗੇਟ ਬਣਾਵਾਂਗੇ ਜੀ, ਅਤੇ ਕਾਂਗਰਸ ਨੇ ਵੀ ਕਿਹਾ ਸੀ, ਪਰ ਬਣਾਇਆ ਕਿਸੇ ਨੇ ਨਹੀਂ, ਕੋਈ ਯਾਦਗਿਰੀ ਨਹੀਂ ਅੱਜ ਤੱਕ ਇਹਦੀ ਬਣਾਈ। ਅਤੇ ਕੀ ਤੁਹਾਡੇ ਨਾਲ ਵਾਅਦੇ ਕੀਤੇ ਗਏ ਸਨ? ਵਾਅਦੇ ਉਹਨਾਂ ਨੇ ਗੇਟ ਕਿਹਾ ਸੀ ਬਣਾਵਾਂਗੇ ਇਹਨਾਂ ਦੇ, ਬਾਕੀ ਜੋ ਵੀ ਤੁਹਾਨੂੰ ਦੁੱਖ ਤਕਲੀਫ ਕੋਈ ਵੀ ਹੋਏਗੀ, ਮੁਸੀਬਤ ਬਣੇਗੀ, ਤਾਂ ਅਸੀਂ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਪਰ ਹੁਣ ਉਹਦੇ ਬਾਅਦ 'ਚ ਕੋਈ ਪੁੱਛ ਨਹੀਂ ਰਿਹਾ, ਕਦੇ ਨਾ 26 ਜਨਵਰੀ 'ਤੇ ਨਹੀਂ, ਕਦੇ 15 ਅਗਸਤ 'ਤੇ ਨਹੀਂ, ਕਦੇ ਯਾਦ ਨਹੀਂ ਕੀਤੇ ਇਹਨਾਂ ਨੇ। ਤੁਸੀਂ ਕਦੀ ਪੁੱਛਿਆ ਨਹੀਂ ਉਹਨਾਂ ਨੂੰ ਜਾ ਕੇ, ਕਦੀ ਪੁੱਛਿਆ ਹੋਵੇ DC ਦਫ਼ਤਰ ਕਿ ਸਾਨੂੰ ਜਿਹੜਾ ਕਿਉਂ ਨਹੀਂ ਸਨਮਾਨਿਤ ਕਰਦੇ? ਨਹੀਂ, ਅਸੀਂ ਨਹੀਂ ਪੁੱਛਿਆ, ਅਸੀਂ ਬਜ਼ੁਰਗ ਬੰਦੇ ਹਾਂ, ਅਸੀਂ ਕਿੱਥੇ ਜਾ ਸਕਦੇ ਹਾਂ। ਅਤੇ ਇਹਨਾਂ ਦੀ ਕੋਈ ਫੋਟੋ ਜਿਹੜਾ DC ਦਫ਼ਤਰ ਕੋਈ ਲੱਗੀ ਹੈ ਕੁਛ ਇੱਦਾਂ ਦਾ? ਪਤਾ ਨਹੀਂ, DC ਦਫ਼ਤਰ ਇਹਦੀ ਫੋਟੋ ਲੱਗੀ ਹੈ ਕੋਈ ਇਹਨਾਂ ਦੀ, ਮਤਲਬ ਨਹੀਂ? ਸੁਰਜਨ ਬੋਰਡ 'ਚ ਲੱਗੀਆਂ। ਸੁਰਜਨ ਬੋਰਡ ਦੇ ਵਿੱਚ ਲੱਗੀਆਂ? ਹਾਂਜੀ। ਅੱਛਾ, ਅਤੇ ਤੁਸੀਂ ਉਹਦਾ ਸਰਕਾਰ ਕੋਲ ਕੀ ਮੰਗ ਕਰਦੇ ਹੋ ਕਿ ਤੁਹਾਨੂੰ ਜਿਹੜਾ ਕਿ ਕਿਹੜੀਆਂ ਸਹੂਲਤਾਂ ਤੁਹਾਨੂੰ ਜਿਹੜੀਆਂ ਮਿਲਣੀਆਂ ਚਾਹੀਦੀਆਂ, ਜਿਹੜੀ ਤੁਹਾਡਾ ਹੱਕ ਆ? ਸਰਕਾਰ ਕੋਲ ਅਸੀਂ ਇਹੋ ਮੰਗ ਕਰਦੇ ਹਾਂ ਕਿ ਇਹਦਾ ਯਾਦਗਿਰੀ ਗੇਟ ਬਣਾਇਆ ਜਾਵੇ, ਤਾਂ ਕਿ ਜੇ ਪੁਲ ਬਣਿਆ ਆ ਇਹਦੇ 'ਤੇ ਯਾਦਗਿਰੀ ਨਾਂ ਇਹਦਾ ਲਿਖਿਆ ਜਾਵੇ, ਬਾਕੀ ਸਲਮਾਨ ਮਾਨ ਸਨਮਾਨ ਤਾਂ ਮਿਲਦਾ ਰਹੇ।